ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ, ਗੱਲ ਕਰਨ ਜਾ ਰਹੇ ਹਾਂ ਕਰਨ ਔਜਲੇ ਤੋਂ। ਦੱਸ ਰਹੇ ਦੋਸਤੋ, ਇੱਕ ਇੰਟਰਵਿਊ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜੁੜ ਰਹੀ ਹੈ ਐਂਕਰ ਵੱਲੋਂ ਜੋ ਹੈਗੇ ਨੇ ਪ੍ਰਾਈਮ ਟੀਵੀ ਏਸ਼ੀਆ ਦੇ। ਤੁਹਾਨੂੰ ਦੱਸ ਰਹੇ ਸਪੈਸ਼ਲੀ ਉਹ ਗੱਲ ਕਰ ਰਹੇ ਸੀ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਤੁਹਾਨੂੰ ਕਿਹੜਾ ਸਿੰਗਰ ਫੁਕਰਾ ਲੱਗਦਾ ਅਤੇ ਫੇਕ ਲੱਗਦਾ। ਤਾਂ ਦੋਸਤੋ, ਇਸ ਪਰਸਨ ਦੇ ਵੱਲੋਂ ਗੱਲ ਕੀਤੀ ਗਈ ਹੈ, ਉਹਨਾਂ ਨੇ ਕਿਹਾ ਕਿ ਕਰਨ ਔਜਲਾ ਜੋ ਹੈਗਾ ਉਹ ਇਸ ਟਾਈਮ ਕਾਫੀ ਜ਼ਿਆਦਾ ਚੜਿਆ ਹੋਇਆ, ਯਾਨੀ ਕਿ ਕਾਫੀ ਜ਼ਿਆਦਾ ਨਾਮ ਚੱਲਦਾ ਪਿਆ, ਲੇਕਿਨ ਉਹਨਾਂ ਨੂੰ ਪਰਸਨਲੀ ਉਹ ਫੇਕ ਲੱਗਦਾ ਅਤੇ ਫੁਕਰਾ ਲੱਗਦਾ। ਜੀ ਹਾਂ ਦੋਸਤੋ, ਕਰਨ ਔਜਲਾ ਦੇ ਬਾਰੇ ਇਹਨਾਂ ਨੇ ਓਪਨਲੀ ਨਾਮ ਲੈ ਕੇ ਇੰਨੀ ਵੱਡੀ ਗੱਲ ਕਹੀ ਹੈ। ਹਾਲਾਂਕਿ ਇਹਨਾਂ ਨੂੰ ਪਤਾ ਹੈ ਕਿਹੜਾ ਟੀਵੀ ਚੈਨਲ ਇਹਨਾਂ ਦੀ ਇੰਟਰਵਿਊ ਲੈ ਰਿਹਾ ਹੈ, ਉਹ ਕਾਫੀ ਵੱਡੇ ਲੈਵਲ 'ਤੇ ਇਸ ਵੀਡੀਓ ਨੂੰ ਲਿਜਾ ਸਕਦਾ, ਲੇਕਿਨ ਇਸ ਪਰਸਨ ਨੇ ਜ਼ਰਾ ਵੀ ਗੁਰੇਜ਼ ਨਹੀਂ ਕੀਤਾ ਕਰਨ ਔਜਲਾ ਬਾਰੇ ਬੋਲਣ ਤੋਂ। ਨਾਲ ਇਹਨਾਂ ਨੇ ਗੱਲ ਕੀਤੀ ਹੈ ਕਿ ਗਿੱਪੀ ਗਰੇਵਾਲ ਦੇ ਜਿਹੜੇ ਬੱਚੇ ਹੈਗੇ ਉਹ ਉਹਨਾਂ ਦੇ ਬੱਚਿਆਂ ਨਾਲ ਪੜ੍ਹਦੇ ਰਹੇ ਨੇ ਅਤੇ ਕਾਫੀ ਵਾਰੀ ਉਹ ਗਿੱਪੀ ਗਰੇਵਾਲ ਨੂੰ ਮਿਲੇ ਵੀ ਨੇ। ਸਿੱਧੂ ਮੂਸੇਵਾਲੇ ਦੀ ਗੱਲ ਕਰਦੇ ਦੱਸਿਆ ਕਿ ਸਿੱਧੂ ਮੂਸੇਵਾਲਾ ਸਭ ਤੋਂ ਜੈਨੂਅਨ ਪਰਸਨ ਉਹਨਾਂ ਨੂੰ ਲੱਗਦਾ ਸੀ ਜੋ ਸਾਡੇ ਵਿੱਚ ਨਹੀਂ ਹੈਗਾ। ਲੇਕਿਨ ਦੋਸਤੋ, ਕਰਨ ਔਜਲਾ ਦੇ ਬਾਰੇ ਉਹਨਾਂ ਨੇ ਕਿਹਾ ਕਿ ਕਰਨ ਔਜਲਾ ਦੇ ਹਾਵ ਭਾਵ ਤੋਂ ਇਸ ਟਾਈਮ ਇਹ ਲੱਗਦਾ ਹੈ ਕਿ ਉਹ ਕਾਫੀ ਇਸ ਟਾਈਮ ਫੁਕਰਾ ਹੋ ਗਿਆ ਹੈ। ਤੁਹਾਡਾ ਦੇ ਬਾਰੇ ਦੋਸਤੋ ਕੀ ਕਹਿਣਾ ਹੈ ਕਮੈਂਟ ਸੈਕਸ਼ਨ, ਆਪਣੀ ਰਾਏ ਜ਼ਰੂਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਮਿਲਦੇ ਹੋਰ ਵੀਡੀਓਜ਼ ਨਾਲ। ਧੰਨਵਾਦ।